ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਸ਼ਰਨਜੀਤ ਸਿੰਘ ਹਿੰਦੁਸਤਾਨ ਦੀ ਨੌਜਵਾਨ نسل ਦੇ ਨਾਲ ਕੁਝ ਬਚਨ ਕਰਨ ਲੱਗਾ ਹੈ ਮੈਂ ਅੱਜ ਦੋ ਲੋਕਾਂ ਨੂੰ ਕੰਪੇਅਰ ਕਰਨ ਲੱਗਾ ਹਾਂ ਇੱਕ 3 ਸਾਲ ਤੋਂ ਲੈ ਕੇ 6 ਸਾਲ 60 ਸਾਲ ਦੇ ਬੱਚਿਆਂ ਨੂੰ ਔਰ 18 ਸਾਲ ਤੋਂ ਲੈ ਕੇ 35 ਸਾਲ ਦੇ ਨੌਜਵਾਨਾਂ ਦੇ ਨਾਲ ਉਹਨਾਂ ਦਾ ਕੰਪੈਰੀਜ਼ਨ ਕਰਨ ਲੱਗਾ ਹਾਂ ਉਹਨਾਂ ਦੀ ਸੋਚ ਕੈਸੀ ਹੈ ਉਹ ਦੇਸ਼ ਪ੍ਰਤੀ ਕੀ ਸੋਚਦੇ ਨੇ ਕੌਮ ਪ੍ਰਤੀ ਕੀ ਸੋਚਦੇ ਨੇ ਆਪਣੇ ਪਰਿਵਾਰ ਪ੍ਰਤੀ ਕੀ ਸੋਚਦੇ ਨੇ ਔਰ ਆਪਣਾ ਦ੍ਰਿਸ਼ਟੀਕੋਣ ਕੀ ਹੈ ਆਪਣੇ ਜੀਵਨ ਨੂੰ ਕਿੱਥੇ ਜਾ ਕੇ ਲੈਂਡ ਕਰਵਾਉਣਾ ਚਾਹੁੰਦੇ ਹਨ ਮੈਂ ਇਹਨਾਂ ਨੂੰ ਥੋੜ੍ਹਾ ਜਿਹਾ ਡਿਸਕਸ਼ਨ ਦੇ ਵਿੱਚ ਲਿਆ ਰਿਹਾ ਹਾਂ ਗੁਰਮੁਖੋਂ ਮੈਂ ਵੇਖਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਨੌਜਵਾਨ ਲੋਕੀ ਵੀ ਬਹੁਤ ਜ਼ੋਰ ਦੇ ਨਾਲ ਸੋਸ਼ਲ ਮੀਡੀਆ ਦੇ ਵਿੱਚ ਆਪਣਾ ਆਪਣਾ ਹੱਕ ਜਤਲਾ ਰਹੇ ਹਨ ਆਪਣੀ ਆਵਾਜ਼ ਕਹਿ ਰਹੇ ਹਨ ਔਰ ਕਦੀ ਕਦੀ ਤੁਸੀਂ ਵੀ ਆਪ ਕੰਪੇਅਰ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਲਿਖਦੇ ਹੋ ਕੋਈ ਜ਼ੁਬਾਨ ਤੂੰ ਬੋਲਦੇ ਹੋ ਕੇਵਲ ਤੁਸੀਂ ਆਪ ਹੀ ਨਹੀਂ ਪੂਰੀ ਦੁਨੀਆ ਵੇਖਦੀ ਹੈ ਸੁਣਦੀ ਹੈ ਕੋਈ ਅਜਿਆ ਕੰਮ ਕਰੀਏ ਜਦੇ ਨਾਲ ਸਾਡੀ ਸਭਿਅਤਾ ਸਾਡਾ ਦੇਸ਼ ਮਜ਼ਬੂਤ ਹੋਵੇ ਪਰਿਵਾਰ ਮਜ਼ਬੂਤ ਹੋਵੇ ਆਉਣ ਵਾਲੀ ਨਸਲ ਮਜ਼ਬੂਤ ਹੋਵੇ ਔਰ ਉਹਨਾਂ ਗੱਲਾਂ ਦੇ ਉੱਤੇ ਆਪਣੇ ਆਪ ਨੂੰ ਫੋਕਸ ਕਰੀਏ ਜਿਨ੍ਹਾਂ ਦੇ ਨਾਲ ਸਾਡੇ ਪਰਿਵਾਰਾਂ ਦੀ ਬਿਹਤਰੀ ਹੋਵੇ ਔਰ ਕੌਮ ਦੀ ਔਰ ਪੂਰਨ ਤੌਰ ਦੇਤੇ ਸਭ ਭਾਈਚਾਰੇ ਦਾ ਵੱਡਾ ਪਨ ਦੇਖਣ ਨੂੰ ਮਿਲੇ ਮੈਂ ਦੇਖ ਰਿਹਾ ਹਾਂ ਸਾ ਕੁਝ ਦਿਨ ਪਹਿਲਾਂ ਇੱਕ ਬਹੁਤ ਇੱਕ ਛੋਟੀ ਬੱਚੀ 6 ਸਾਲ ਦੀ ਮੁਸਲਮ ਬੇਟੀ ਉਹਦਾ ਇੱਕ ਵੀਡੀਓ ਵਾਇਰਲ ਹੋਇਆ ਬੜੇ ਲੋਕਾਂ ਨੇ ਦੇਖਿਆ ਲੇਕਿਨ ਗੁਰਮੁਖੋ ਜਿਹੜੇ ਚੰਗੇ ਲੋਕਾਂ ਦੇ ਵੀਡੀਓ ਵਾਇਰਲ ਹੁੰਦੇ ਹਨ ਤੇ ਉਹਦਾ ਕੀ ਫਾਇਦਾ ਹੁੰਦਾ ਹੈ ਉਸ ਬੇਟੀ ਨੇ ਹਕੂਮਤ ਅੱਗੇ ਬੇਨਤੀ ਕੀਤੀ ਕਿ ਅਸੀਂ ਛੋਟੇ ਜਿੰਨੇ ਬੱਚੇ ਹਾਂ ਸਾਡੇ ਉੱਤੇ ਪੜ੍ਹਾਈ ਦਾ ਬਹੁਤ ਲੋਡ ਹੈ ਅਸੀਂ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਪੜ੍ਹਾਈ ਦੇ ਵਿੱਚ ਲੱਗੇ ਰਹਾਂਦੇ ਆ ਥੱਕ ਜਾਂਦੇ ਹਾਂ ਔਰ ਅਸੀਂ ਕੁਝ ਵੀ ਨਹੀਂ ਐਕਟੀਵਿਟੀ ਕਰ ਸਕਦੇ ਜਿਸ ਦਿਨ ਨਾਲ ਕੋਈ ਸਾਨੂੰ ਖੁਸ਼ੀ ਪ੍ਰਾਪਤ ਹੋਈ ਹੋਈ ਹੋਵੇ ਜਾਂ ਹੁੰਦੀ ਹੈ ਗੁਰਮਖੋ ਉਸ ਬੱਚੀ ਦੇ ਵੀਡੀਓ ਨੂੰ ਵੇਖ ਕੇ ਹਕੂਮਤ ਨੇ ਛੋਟੇ ਬੱਚਿਆਂ ਦਾ ਸਿਲੇਬਸ ਇਹੀ ਚੇਂਜ ਕਰ ਦਿੱਤਾ ਇਮੀਡੀਏਟਲੀ ਇੱਕ ਮੈਸੇਜ ਚੱਲ ਗਿਆ ਪੂਰੀ ਹਕੂਮਤ ਦੇ ਕੇ ਕਿ ਬੱਚਿਆਂ ਦੇ ਉੱਤੇ ਪੜ੍ਹਾਈ ਦਾ ਲੋਡ ਹੈ ਉਹਨਾਂ ਨੂੰ ਦਰਸਤ ਕਰੋ ਇਹੇ ਸੇਤਨਾ ਜਦੋਂ ਤੁਸੀਂ ਕੋਈ ਵੀਡੀਓ ਪਾਉਂਦੇ ਹੋ ਕਦੀ ਵੇਖਿਆ ਕਰੋ ਤੁਹਾਡੀ ਲਿਖਤ ਕੈਸੀ ਹੈ ਤੁਹਾਡੇ ਨਾਲ ਸਮਾਜ ਦਾ ਭਲਾ ਹੋ ਰਿਹਾ ਹੈ ਬਰਾਦਰੀ ਦਾ ਭਲਾ ਹੋ ਰਿਹਾ ਹੈ ਕੌਮ ਦਾ ਭਲਾ ਹੋ ਰਿਹਾ ਹੈ ਤੁਹਾਡੀ ਆਰਥਿਕ ਬਵਸਥਾ ਦਾ ਭਲਾ ਹੋ ਰਿਹਾ ਹੈ ਤੁਹਾਡੇ ਜੀਵਨ ਦੇ ਵਿੱਚ ਕੋ ਬਦਲਾਅ ਆ ਰਿਹਾ ਜੇ ਨਹੀਂ ਆ ਰਿਹਾ ਇਹਦਾ ਮਤਲਬ ਇਹ ਹੈ ਜੋ ਤੁਸੀਂ ਬੋਲਿਆ ਜੋ ਤੁਸੀਂ ਕਿਹਾ ਉਹ ਬੇਮਾਇਨੀ ਗਿਆ ਜਿਨ੍ਹਾਂ ਲੋਕਾਂ ਸੁਣਿਆ ਹੋਵੇਗਾ ਚੰਦ ਲੋਕਾਂ ਨੂੰ ਛੱਡ ਕੇ ਦੂਜਿਆਂ ਨੂੰ ਬੁਰਾ ਲੱਗਾ ਹੋਵੇਗਾ ਕਦੇ ਧਿਆਨ ਕਰਕੇ ਵੇਖੋ 135 ਕਰੋੜ ਲੋਕੀ ਨੇ ਜੇ ਲੱਖ ਬੰਦੇ ਨੇ 50000 ਬੰਦੇ ਨੇ ਵੇਖ ਵੀ ਲਿਆ ਸੁਣ ਵੀ ਲਿਆ ਉਹਨਾਂ ਦਾ ਕੀ ਮਾਇਨਾ ਰਹਿ ਜਾਂਦਾ ਹੈ ਪਰ ਜਿਹੜੇ ਬੱਚਿਆਂ ਦੇ ਜੀਵਨ ਦੇ ਨਾਲ ਕੋਈ ਗੱਲ ਕਹੀ ਹੋਵੇ ਤੇ ਸਿਲੇਬਸ ਬਦਲ ਜਾਣ ਸੰਸਕ੍ਰਿਤੀ ਬਦਲ ਜਾਵੇ ਔਰ ਇੱਕ ਬੱਚਾ ਤੋਂ ਲੋਡ ਮੁੱਕ ਜਾਵੇ ਕੋਈ ਅਜਈ ਗੱਲ ਕਰਿਆ ਕਰੋ ਕਿਉਂਕਿ ਮੈਂ ਨਹੀਂ ਵੇਖ ਸਕਦਾ ਕਿ ਇੱਕ ਬੱਚੇ ਨੇ ਉਹਦੀ ਉਮਰ ਵੀ ਵਢੇਰੀ ਹੋਵੇ ਪੱਗ ਵੀ ਬੰਨੀ ਹੋਵੇ ਦਾੜੀ ਵੀ ਹੋਵੇ ਤੇ ਉਹਦੇ ਜੀਵਨ ਤੇ ਉਹਦੀ ਕਲਮ ਦੇ ਵਿੱਚ ਗੰਦਗੀ ਹੋਵੇ ਬੁਰਾਈ ਹੋਵੇ ਮੈਂ ਬੇਨਤੀ ਕਰਦਾ ਹਾਂ ਇਹਦੇ ਨਾਲ ਸਮਾਜ ਦਾ ਵੀ ਕੌਮ ਦਾ ਵੀ ਬਹੁਤ ਹੀ ਫਰਕ ਪੈਂਦਾ ਹੈ ਅਜੇ ਕਰਮਣਾ ਕਰਿਆ ਕਰੋ ਉਹਨਾਂ ਛੋਟਿਆਂ ਬੱਚਿਆਂ ਦੇ ਕੋਲੋਂ ਸਿੱਖ ਲੋ ਜਿਨ੍ਹਾਂ ਦਾ ਜੀਵਨ ਵੱਡਾ ਹੈ ਤੁਸੀਂ ਕੱਦ ਕਰਕੇ ਉਮਰ ਕਰਕੇ ਵੱਡੇ ਹੋ ਪਰ ਤੁਹਾਡਾ ਜੀਵਨ ਛੋਟਾ ਹੈ ਤੇ ਜੋ ਸਿੱਖਣਾ ਹੋਵੇ ਤੇ ਕਿਸੇ ਛੋਟੇ ਤੋਂ ਵੀ ਮਨੁੱਖ ਸਿੱਖ ਸਕਦਾ ਹੈ ਉਹ ਗੱਲ ਜਾਣਦੇ ਹੋ ਨਾ ਕਿ ਤੂੰ ਕੌਣ ਹੈ ਮੈਂ ਜੋਗਾ ਹਾਂ ਕਿਹਦੇ ਜੋਗਾ ਹੈ ਮੈਂ ਗੁਰੂ ਜੀ ਤੁਹਾਡੇ ਜੋਗਾ ਹਾਂ ਤੇ ਕਹਤਾ ਗੁਰੂ ਸਾਹਿਬ ਨੇ ਜੇ ਤੂੰ ਸਾਡੇ ਜੋਗਾ ਹਾਂ ਤੇ ਗੁਰੂ ਵੀ ਤੁਹਾਡੇ ਜੋਗਾ ਹੈ ਅਜੇ ਹੀ ਗੱਲ ਕਰਿਆ ਕਰੋ ਤਾਂ ਕਿ ਗੁਰਮੁਖੋ ਤੁਹਾਡਾ ਜੀਵਨ ਉੱਚਾ ਹੋ ਜਾਵੇ ਤੁਹਾਡਾ ਪਰਿਵਾਰ ਤੁਹਾਡੀ ਬਰਾਦਰੀ ਭਾਈਚਾਰਾ ਤੁਹਾਨੂੰ ਵਾਹ ਵਾਹ ਕਰਕੇ ਆਖੇ ਐਨੇ ਸ਼ਬਦ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ